ਨਹੀਂ, ਇੰਡੀਪੈਂਡੈਂਟਲੀ ਸਾਡਾ ਅੰਦੋਲਨ ਚੱਲ ਰਿਹਾ, ਉਹਨਾਂ ਨਾਲ ਤਾਲਮੇਲ ਕਰਨ ਵਾਸਤੇ, ਸਾਰੀਆਂ ਜਥੇਬੰਦੀਆਂ ਨਾਲ ਤਾਲਮੇਲ ਕਰਨ ਵਾਸਤੇ 6 ਮੈਂਬਰੀ ਕਮੇਟੀ ਬਣਾ ਕੇ, ਨਹੀਂ ਇਹਦਾ ਇਹਦਾ ਮੂੰਹ ਚ ਨਾ ਪਾਓ। ਅਸੀਂ ਜੋ ਪ੍ਰੋਗਰਾਮ ਦੇਣਾ ਸੀ ਤੁਹਾਨੂੰ ਦੇ ਦਿੱਤਾ, ਕੋਈ ਕੀ ਕਹਿੰਦਾ ਉਹਨਾਂ ਨੂੰ ਪੁੱਛੋ, ਪਰ ਅਸੀਂ 6 ਮੈਂਬਰੀ ਕਮੇਟੀ ਬਣਾਤੀ ਜਿਹੜੀ ਅੱਗੇ ਗੱਲ ਕਰੂਗੀ। ਨਹੀਂ ਕੋਈ ਕਲੀਨ ਚਿੱਟ ਨਹੀਂ ਦਿੱਤੀ, ਅਸੀਂ ਕਿਹਾ ਇਹਦੀ ਜੁਡੀਸ਼ੀਅਲ ਇੰਕੁਆਇਰੀ ਹੋਣੀ ਚਾਹੀਦੀ। ਨਹੀਂ ਇਹ ਉਹਨਾਂ ਨੂੰ ਪੁੱਛੋ, ਸਾਡਾ ਨਹੀਂ ਕੋਈ ਫੈਸਲਾ। ਨਹੀਂ ਨਹੀਂ ਸਾਡਾ ਫੈਸਲਾ ਨਹੀਂ, ਜਿਨ੍ਹਾਂ ਨੇ ਅੰਦੋਲਨ ਕੀਤਾ ਉਹ ਫੈਸਲਾ ਲੈਣਗੇ, ਜਿਨ੍ਹਾਂ ਨੇ ਅੰਦੋਲਨ ਸ਼ੁਰੂ ਕੀਤਾ ਉਹ ਫੈਸਲਾ ਲੈਣਗੇ। ਅਸੀਂ ਨਹੀਂ ਉਹਨਾਂ ਨੂੰ ਕਹਿ ਸਕਦੇ ਵੀ ਤੁਸੀਂ ਹਟ ਜਾਓ, ਇਹ ਆਓ ਤੋਂ ਬੰਦ ਕਰ ਦਿਓ ਅੰਦੋਲਨ, ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ। ਜਿਹੜੇ ਸ਼ੁਭਕਾਮੀ ਨੇ ਜਿਨ੍ਹਾਂ ਦੀ ਕੱਲ ਡੈਥ ਹੋਈ ਆ, ਤੁਸੀਂ ਕਹਿ ਰਹੇ ਵੀ ਹਰਿਆਣਾ ਨੇ ਗੋਲੀ ਮਾਰੀ ਆ, ਤੁਸੀਂ ਉਹਨੂੰ ਸ਼ਹੀਦ ਮੰਨ ਰਿਹਾ, 24 ਘੰਟੇ ਤੋਂ ਉੱਪਰ ਸਮਾਂ ਜਿਹੜਾ ਹੋ ਚੁੱਕਿਆ, ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਹੁਣ ਤੱਕ ਪਰਚਾ ਦਰਜ ਨਹੀਂ ਕੀਤਾ, ਤੁਸੀਂ ਕੱਲ ਨੂੰ ਕੇਂਦਰ ਦੇ ਜਿਹੜੇ ਗ੍ਰਹਿ ਮੰਤਰੀ ਆ ਜਾਂ ਹਰਿਆਣੇ ਦੇ ਗ੍ਰਹਿ ਮੰਤਰੀ, ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਆ, ਉਹਨਾਂ ਨੂੰ ਲੈ ਕੇ ਜਿਹੜੀ ਕਿ ਉਹਦੇ ਪੁਤਲੇ ਫੂਕ ਰਹੇ ਨੇ, ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਇਹ ਡਿਮਾਂਡ ਕਰੀਏ ਤੇ ਮੰਗ ਕਰੀਏ ਕਿ ਜਿਹੜੇ ਮੁੱਖ ਮੰਤਰੀ ਨੇ ਉਹ ਕੇਂਦਰ ਸਰਕਾਰ ਦੇ ਨਾਲ ਭਾਜਪਾ ਸਰਕਾਰ ਨਾਲ ਮਿਲ ਕੇ ਖੇਡ ਰਹੇ ਨੇ, ਤੁਹਾਡਾ ਕਿਆ ਨਜ਼ਰੀਆ ਉਹਨਾਂ ਦੇ ਪ੍ਰਤੀ? ਇੰਕੁਆਇਰੀ ਹੋਏਗੀ, ਸਾਰਾ ਕੁਝ ਬਾਹਰ ਆ ਜਾਏਗਾ, ਸੁਪਰੀਮ ਕੋਰਟ ਦੇ ਜੱਜ ਤੋਂ ਇੰਕੁਆਇਰੀ ਅਸੀਂ ਡਿਮਾਂਡ ਕੀਤੀ, ਜੁਡੀਸ਼ੀਅਲ ਇੰਕੁਆਇਰੀ ਡਿਮਾਂਡ ਕੀਤੀ, ਆ ਜਾਏਗਾ ਸਾਰਾ ਕੁਝ। ਕਤਲ ਹੋਇਆ, ਹੱਤਿਆ ਹੱਤਿਆ ਕਿਹਾ ਸੀ, ਮਰਡਰ ਮਰਡਰ ਮਰਡਰ। ਸਾਡਾ ਆਪਣਾ ਪ੍ਰੋਗਰਾਮ ਚੱਲ ਰਿਹਾ, ਉਹ ਬੈਠੇ ਨੇ, ਸਾਡੀ ਕਿਸਾਨਾਂ ਨਾਲ ਹਮਦਰਦੀ ਆ, ਉਹਨਾਂ ਦੀ ਲੀਡਰਸ਼ਿਪ ਜਿਹੜੀ ਉਹ ਫੈਸਲਾ ਕਰੇਗੀ, ਉਹਦੇ ਵਿੱਚ ਅਸੀਂ ਇੰਟਰਫੇਅਰ ਨਹੀਂ ਕਰ ਸਕਦੇ। ਦੇਖੋ ਕਿਸੇ ਨੇ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਕਿਸੇ ਨੇ ਆਲਰੇਡੀ ਸਾਡਾ ਪਿਛਲੇ 2 ਸਾਲ ਤੋਂ ਅੰਦੋਲਨ ਚੱਲਦਾ ਹੁੰਦਾ, ਕਿਸੇ ਨੇ ਵੱਖ ਹੋ ਕੇ ਉਹਨਾਂ ਹੀ ਮੰਗਾਂ ਤੇ ਸ਼ੁਰੂ ਕਰ ਦਿੱਤਾ, ਸਾਡੇ ਨਾਲ ਕੋਈ ਸਲਾਹ ਨਹੀਂ ਕੀਤੀ, ਤੇ ਹੁਣ ਗੱਲ ਪੂਰੀ ਹੋਣ ਦਿਓ। ਉਹਨਾਂ ਨੇ ਅੰਦੋਲਨ ਸ਼ੁਰੂ ਕਰਤਾ, ਜੇ ਉੱਥੇ ਕਿਸੇ ਨੇ ਜ਼ਿਆਦਤੀ ਕੀਤੀ ਹੈ ਕਿਸਾਨਾਂ ਨਾਲ, ਅਸੀਂ ਉਹਨਾਂ ਦੇ ਨਾਲ ਖੜਿਆ ਕਿਸਾਨਾਂ ਦੇ, ਪਰ ਇਹਦਾ ਮਤਲਬ ਇਹ ਨਹੀਂ ਵੀ ਸਾਨੂੰ ਕੋਈ ਜਿੰਨੀ ਦੇਰ ਦਾ ਕੋਈ ਬਾਕਾਇਦਾ ਬੈਠ ਕੇ ਗੱਲ ਨਹੀਂ ਹੁੰਦੀ, ਅਸੀਂ ਜਾ ਕੇ ਭੱਜ ਕੇ ਉੱਥੇ ਬੈਠੀ, ਅਗਲੇ ਕੱਲ ਨੂੰ ਸਾਨੂੰ ਕਹਿਣਗੇ ਇਹ ਸਾਡਾ ਅੰਦੋਲਨ ਖਰਾਬ ਕਰਨ ਲਈ ਆਏ ਆ, ਬੜਾ ਕੁਝ ਹੁੰਦਾ ਹੈ, ਐਵੇਂ ਨਹੀਂ ਬੋਲਿਆ ਜਾਂਦਾ। ਟਰੈਕਟਰ ਸੜਕਾਂ ਤੇ ਖੜੇ ਕਰਨੇ ਆ, ਤੁਸੀਂ ਸਮਝੇ ਨਹੀਂ, ਇੱਕ ਦਿਨ ਲਈ ਬਾਅਦ ਫਿਰ ਉਹਦੇ ਬਾਅਦ ਦਿੱਲੀ ਦੀ ਤਿਆਰੀ।